ਸਤਿ ਸ਼੍ਰੀ ਅਕਾਲ ਅਜੀਤ ਵੈੱਬ ਟੀ ਵੀ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਰਮਨਪ੍ਰੀਤ ਪ੍ਰੋਗਰਾਮ ਕਲਾ ਅਤੇ ਕਲਾਕਾਰ ਦੇ ਵਿੱਚ ਸਵਾਗਤ ਕਰਦੀ ਹਾਂ। ਅਸੀਂ ਇਸ ਪ੍ਰੋਗਰਾਮ ਵਿੱਚ ਅੱਜ ਜਿਸ ਸ਼ਖਸੀਅਤ ਨੂੰ ਮਿਲਣਾ ਹੈ ਉਹ ਸੰਗੀਤ ਦੇ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ। ਉਹਨਾਂ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਪਰ ਸੰਗੀਤ ਉਹਨਾਂ ਦਾ ਸ਼ੌਕ ਜਾਂ ਫਿਰ ਪਹਿਲੀ ਪਸੰਦ ਨਹੀਂ ਸੀ। ਪਰ ਜਦੋਂ ਜ਼ਿੰਦਗੀ ਨੇ ਉਹਨਾਂ ਦੇ ਸਾਹਮਣੇ ਸੰਗੀਤ ਨੂੰ ਇੱਕ ਇਮਤਿਹਾਨ ਦੇ ਤੌਰ 'ਤੇ ਰੱਖਿਆ ਤਾਂ ਉਸ ਸ਼ਖਸੀਅਤ ਨੇ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਹੋਏ ਉਹ ਸਿਖਰਾਂ ਛੂਈਆਂ, ਉਹ ਮੱਲਾਂ ਮਾਰੀਆਂ ਜਿਨ੍ਹਾਂ ਨੇ ਨਵਾਂ ਇਤਿਹਾਸ ਕਾਇਮ ਕੀਤਾ, ਜਿਸ ਨੇ ਨਵੀਆਂ ਉਮੀਦਾਂ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਪੈਦਾ ਕੀਤੀਆਂ। ਮੇਰੀ ਮੁਰਾਦ ਜਨਾਬ ਚਰਨਜੀਤ ਅਹੂਜਾ ਜੀ ਦੇ ਫਰਜ਼ੰਦ ਸਚਿਨ ਅਹੂਜਾ ਜੀ। ਸਚਿਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵੈੱਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਘਰ ਦੇ ਵਿੱਚ ਜਿਹੜਾ ਫੈਮਲੀ ਦਾ ਇੱਕ ਪ੍ਰੋਫੈਸ਼ਨ ਹੁੰਦਾ ਹੈ ਜਾਂ ਆਰਟ ਹੁੰਦੀ ਹੈ ਉਹ ਸੁੱਤੇ ਸਿੱਧ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਜੀ। ਪਰ ਜਿਵੇਂ ਅਸੀਂ ਜਾਣਦੇ ਹਾਂ ਕਿ ਸੰਗੀਤ ਤੁਹਾਡੀ ਚੋਇਸ ਨਹੀਂ ਸੀਗੀ, ਹਾਂਜੀ, ਤੇ ਛੋਟੇ ਹੁੰਦੇ ਤੁਸੀਂ ਕੀ ਸੋਚਦੇ ਸੀ ਜਦੋਂ ਘੱਟ ਸਾਰਾ ਸੰਗੀਤ ਦਾ ਮਾਹੌਲ ਸੀ, ਕਈ ਤਰ੍ਹਾਂ ਦੇ ਕਲਾਕਾਰਾਂ ਦਾ ਆਉਣਾ, ਗਾਇਕਾਂ ਦਾ ਆਉਣਾ, ਪਿਤਾ ਦਾ ਉਸ ਕੰਮ ਦੇ ਵਿੱਚ ਮਸਰੂਫ ਰਹਿਣਾ, ਉਸ ਵੇਲੇ ਬਾਲ ਸਚਿਨ ਦੇ ਮਨ ਦੀ ਅਵਸਥਾ ਜਾਂ ਸੋਚ ਆਪਣੇ ਬਾਰੇ ਔਰ ਇਸ ਖੇਤਰ ਬਾਰੇ ਕੀ ਸੀ? ਟੂ ਬੀ ਵੈਰੀ ਓਨੈਸਟ, ਮੈਂ ਕਦੇ ਸੋਚਿਆ ਹੀ ਨਹੀਂ ਸੀ ਇਸ ਪ੍ਰੋਫੈਸ਼ਨ 'ਚ ਆਉਣ ਲਈ। ਹਾਂ, ਘਰ ਸਾਡੇ ਆਉਣਾ ਜਾਣਾ ਜੋ ਵੀ ਸੁਪਰ ਸਟਾਰਸ ਨੇ ਅੱਜ ਦੇ ਟਾਈਮ ਦੇ ਜਾਂ ਉਸ ਟਾਈਮ ਪੁਰਾਣੇ ਟਾਈਮ ਤੋਂ, ਉਸ ਸਾਰਿਆਂ ਦਾ ਆਉਣਾ ਜਾਣਾ ਘਰ ਲੱਗਿਆ ਹੁੰਦਾ ਸੀ, ਬਟ ਉਹ ਸਾਡੇ ਲਈ ਬਹੁਤ ਇੱਕ ਨੋਰਮਲ ਜਿਹੀ ਚੀਜ਼ ਸੀ। ਬਿਕੋਜ਼ ਸਾਨੂੰ ਨਹੀਂ, ਮਤਲਬ ਪਤਾ ਨਹੀਂ ਸੀ ਕਿ ਯੂਨੋ ਕਿ ਇੱਕ ਬੰਦੇ ਦਾ ਨਾਂ ਹੁੰਦਾ ਤਾਂ ਕਿੰਨੀ ਵੱਡੀ ਚੀਜ਼ ਹੁੰਦੀ। ਅਸੀਂ ਛੋਟੇ ਸੀ, ਬੱਚੇ ਸੀ, ਸਾਡੇ ਲਈ ਉਹ ਅੰਕਲ ਹੀ ਹੁੰਦੇ ਸੀ ਸਾਡੇ ਕਿ ਜੀ ਜੇ ਜੇ ਮਾਨ ਸਾਹਿਬ ਆਇਆ ਤਾਂ ਗੁਰਦਾਸ ਅੰਕਲ ਆਇਆ, ਜੀ ਸਰਦੂਲ ਭਾਜੀ ਆਇਆ ਤਾਂ ਸਰਦੂਲ ਅੰਕਲ ਆਇਆ। ਅਤੇ ਸਾਨੂੰ ਨਹੀਂ ਪਤਾ ਸੀ ਕਿ ਮਤਲਬ ਉਹ ਕਿੰਨੇ ਕਿ ਉਹ ਕੀ ਸ਼ਖਸੀਅਤ ਨੇ, ਇਹ ਚੀਜ਼ਾਂ ਬਾਅਦ 'ਚ ਸਮਝ ਆਈਆਂ। ਅਤੇ ਮੇਰਾ ਇੰਟਰਸਟ ਹੈ ਹੀ ਨਹੀਂ ਸੀ ਇਸ ਲਾਈਨ 'ਚ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਦੇ ਡੈਡ ਨੇ ਵੀ ਨਹੀਂ ਇਹ ਗੱਲ ਕਹੀ ਜਾਂ ਉਹਨਾਂ ਨੇ ਨਹੀਂ ਇਨਸਿਸਟ ਕੀਤਾ ਵੀ ਅਸੀਂ ਮਿਊਜ਼ਿਕ ਪਰਸੂ ਕਰੀਏ ਜਾਂ ਮਿਊਜ਼ਿਕ ਨੂੰ ਐਜ਼ ਅ ਪ੍ਰੋਫੈਸ਼ਨ ਅਡੋਪਟ ਕਰੀਏ। ਹਾਂ, ਘਰ 'ਚ ਜਦੋਂ ਸੰਗੀਤ ਦਾ ਮਾਹੌਲ ਸੀ ਔਰ ਡੈਡ ਦੇ ਕਰਕੇ ਸਾਰਾ ਕੁਛ, ਅਤੇ ਉਹ ਇੱਕ ਅੰਦਰ ਉਹ ਆਪਣੇ ਆਪ ਖੂਨ 'ਚ ਨਾ ਰਚ ਜਾਂਦੀਆਂ, ਵਸ ਜਾਂਦੀਆਂ। ਹਾਂਜੀ, ਸਬਕੋਨਸ਼ੀਅਸ ਮਾਇੰਡ 'ਚ ਉਹ ਚੀਜ਼ਾਂ ਬੈਠ ਜਾਂਦੀਆਂ। ਸੋ ਉਹ ਅੰਦਰ ਸੀ, ਬਟ ਆਈ ਡੋਂਟ ਨੋ, ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਬਹੁਤ ਅਨਸਰਟਨ ਜੀ ਲਾਈਨ ਹੈ, ਇਹਦੇ 'ਚ ਤੁਹਾਨੂੰ ਟੈਲੈਂਟ ਤਾਂ ਚਾਹੀਦਾ ਹੈ ਬਟ ਉਹਦੇ ਨਾਲ ਤੁਹਾਨੂੰ ਲੱਕ ਬਹੁਤ ਜ਼ਿਆਦਾ ਚਾਹੀਦਾ ਹੈ। ਪਤਾ ਨਹੀਂ ਕੱਲ੍ਹ ਨੂੰ ਤੁਸੀਂ ਚੱਲੋਗੇ ਨਹੀਂ ਚੱਲੋਗੇ, ਲੋਕ ਡਿਮਾਂਡਿੰਗ ਬਹੁਤ ਹੈ, ਬਹੁਤ ਜ਼ਿਆਦਾ, ਅਤੇ ਲੋਕ ਤੁਹਾਨੂੰ ਅਡੋਪਟ ਕਰਨਗੇ ਨਹੀਂ ਕਰਨਗੇ, ਐਕਸੈਪਟ ਕਰਨਗੇ ਨਹੀਂ ਕਰਨਗੇ, ਮਤਲਬ ਸੋ ਮੈਨੀ ਥਿੰਗਸ। ਅਤੇ ਮੈਂ ਸੋਚਿਆ ਸੀ ਐਜ਼ ਅ ਪ੍ਰੋਫੈਸ਼ਨ, ਮੈਂ ਸੋਚਿਆ ਸੀ ਮੈਡੀਕਲ ਡਾਕਟਰ ਡਾਕਟਰ ਬਣਨ ਲਈ ਸੋਚਿਆ ਸੀ, ਔਰ ਮੈਂ ਪੜ੍ਹਾਈ ਵੀ ਮੈਡੀਕਲ ਦੀ ਕੀਤੀ ਹੈ। ਲੇਕਿਨ ਬਸ ਉਹ ਕੁਝ ਸਰਕਮਸਟਾਂਸਿਸ ਐਸੇ ਬਣ ਗਏ, ਕਿਉਂਕਿ ਜੋ ਰੱਬ ਦਾ ਲਿਖਿਆ, ਜੋ ਤੁਹਾਡੀ ਡੈਸਟੀਨੀ 'ਚ ਹੈ ਉਹ ਤੁਹਾਨੂੰ ਵੀ ਨਹੀਂ ਪਤਾ। ਅਤੇ ਫਿਰ ਕੀ ਮੌਕਾ ਬਣਿਆ ਜਾਂ ਕੀ ਜ਼ਿੰਦਗੀ ਨੇ ਇਮਤਿਹਾਨ ਰੱਖਿਆ ਤੁਹਾਡੇ ਸਾਹਮਣੇ? ਡੈਡ ਬਿਮਾਰ ਹੋਏ ਸੀ 1996, ਉਹਨਾਂ ਨੂੰ ਥੋੜ੍ਹੀ ਪ੍ਰੋਬਲਮ ਹੋ ਗਈ ਸੀ ਥਰੋਟ ਦੀ, ਅਤੇ ਉਦੋਂ ਉਹਨਾਂ ਨੇ ਮੈਨੂੰ ਉਦੋਂ ਵੀ ਨਹੀਂ ਕਿਹਾ ਕਿ ਵੀ ਮੈਂ ਯੂਨੋ ਇਸ ਕੰਮ 'ਚ ਆਵਾਂ ਜਾਂ ਮੈਂ, ਉਹਨਾਂ ਨੇ ਕਿਹਾ ਤੂੰ ਆਪਣੀ ਪੜ੍ਹਾਈ ਕਰ, ਯੂ ਫਿਨਿਸ਼ ਯੂਰ ਸਟੱਡੀਜ਼। ਇਨ ਤੁਹਾਨੂੰ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ, ਉਹ ਮੇਰਾ ਆਪਣਾ ਡਿਸੀਜਨ ਸੀ। ਕੀ ਸੋਚ ਕੇ ਲਿਆ ਡਿਸੀਜਨ ਫਿਰ? ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਮੈਨੂੰ ਹੁਣ ਆਪਣੇ ਸਟੂਡੀਓ 'ਚ ਜਾ ਕੇ ਆਪਣਾ ਸਟੂਡੀਓ ਹੈਂਡਲ ਕਰਨਾ ਚਾਹੀਦਾ ਹੈ। ਸਾਡਾ ਸਟੂਡੀਓ ਹੈ ਦਿੱਲੀ 'ਚ, ਅਤੇ ਸੰਗੀਤਿਕਾ, ਹਾਂਜੀ ਸੰਗੀਤਿਕਾ, ਅਤੇ ਕਿੰਨਾ ਪੁਰਾਣਾ ਹੈ? ਬਹੁਤ ਪੁਰਾਣਾ ਹੈ ਜੀ, ਡੈਡ ਨੇ ਐਸਟੈਬਲਿਸ਼ ਕੀਤਾ ਆਲਮੋਸਟ ਮੇਰੇ ਖਿਆਲ 25 ਸਾਲ ਹੋ ਗਏ। ਅਤੇ ਵੀ ਸਟੂਡੀਓ ਮੈਨੂੰ ਦੇਖਣਾ ਚਾਹੀਦਾ ਹੈ। ਮਿਊਜ਼ਿਕ ਦਾ ਉਦੋਂ ਵੀ ਨਹੀਂ ਮੈਂ ਸੋਚਿਆ ਸੀ ਵੀ ਐਜ਼ ਲਾਈਕ ਮੈਂ ਸਟੂਡੀਓ ਦੇਖਾਂ, ਕੰਮ ਦੇਖਾਂ ਉੱਥੇ ਜਾ ਕੇ। ਅਤੇ ਮੈਂ ਆਪਣਾ ਸਟੂਡੀਓ ਜੁਆਇਨ ਕੀਤਾ, ਐਜ਼ ਆ ਸਾਊਂਡ ਇੰਜੀਨੀਅਰ ਮੈਂ ਕੰਮ ਕਰਨਾ ਸ਼ੁਰੂ ਕੀਤਾ। ਇੱਕ ਸਾਡੇ ਸਾਊਂਡ ਇੰਜੀਨੀਅਰ ਸੀ, ਉਹਨਾਂ ਤੋਂ ਮੈਂ ਸਿੱਖਿਆ, ਡੈਡ ਤੋਂ ਸਿੱਖਿਆ, ਹੋਰ ਜੋ ਵੀ ਉੱਥੇ ਕੰਮ ਕਰਨ ਲਈ ਆਉਂਦੇ ਸੀ ਮੈਂ ਸਾਰਿਆਂ ਤੋਂ ਸਿੱਖਦਾ ਹੁੰਦਾ ਸੀ। ਅਤੇ ਉਹ ਬਸ ਕਰਦੇ 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 ਉਹ ਐਜ਼ ਅ ਸਾਊਂਡ ਇੰਜੀਨੀਅਰ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਕਿਸੇ ਨੇ ਬ੍ਰੇਕ ਦਿੱਤਾ, ਫਿਰ
ਰੱਬ ਨੇ ਬਾਹ ਫੜਨੀ ਹੁੰਦੀ ਹੈ ਜਦੋਂ ਉਹਨਾਂ ਨੇ ਰਸਤਾ ਦਿਖਾਤਾ, ਉਹਨਾਂ ਨੇ ਹੱਥ ਫੜ ਲਿਆ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਸਟੂਡੀਓ 'ਚ ਆਪਣੇ ਜਾਣਾ ਸ਼ੁਰੂ ਕੀਤਾ, ਤੁਹਾਡੇ ਸਾਊਂਡ ਇੰਜੀਨੀਅਰ ਸੀ, ਉਹਨਾਂ ਤੋਂ ਹਲਕਾ ਫੁਲਕਾ ਸਿੱਖਣਾ ਸ਼ੁਰੂ ਕੀਤਾ, ਇਹ ਲਰਨਿੰਗ ਪੀਰੀਅਡ ਕਿੰਨਾ ਕੁ ਸੀਗਾ? ਪਹਿਲੀ ਤੁਹਾਨੂੰ ਕਿੱਦਾਂ ਲੱਗਾ ਕਿ ਮੈਂ ਪਹਿਲੀ ਕੰਪੋਜ਼ਿੰਗ ਹੁਣ ਕੰਪਲੀਟ ਕਰ ਸਕਦਾ, ਜਾਂ ਤੁਹਾਨੂੰ ਪਹਿਲੀ ਬ੍ਰੇਕ ਮਿਲੀ ਉਹ ਤੋਂ ਪਹਿਲਾਂ ਦਾ ਲਰਨਿੰਗ ਪੀਰੀਅਡ? ਲਰਨਿੰਗ ਪੀਰੀਅਡ ਮੇਰਾ ਸੀ ਆਲਮੋਸਟ ਤਕਰੀਬਨ 1 ਸਾਲ ਦਾ ਕਹਿ ਸਕਦੇ ਹਾਂ। ਮੈਂ ਆਪਣੇ ਸਟੂਡੀਓ 'ਚ ਝਾੜੂ ਵੀ ਮਾਰਦਾ ਸੀ, ਮੈਂ ਸਾਰਾ ਕੁਝ ਕਰਦਾ ਸੀ ਆਪਣੇ ਸਟੂਡੀਓ 'ਚ। ਓਕੇ, ਮਤਲਬ ਜਸਟ ਟੂ ਯੂ ਨੋ ਗੈਟ ਦੈਟ ਫੀਲ ਇਨ ਮਾਈਸੈਲਫ, ਇਸ ਜ਼ਰੂਰਤ ਲਈ ਨਹੀਂ ਕਿ ਵੀ ਮੈਂ ਉੱਥੇ, ਮੈਨੂੰ ਲੋੜ ਸੀ ਉਹ ਕੰਮ ਕਰਨ ਦੀ, ਬਟ ਮੈਂ 20-20 ਦਿਨ ਘਰ ਨਹੀਂ ਜਾਂਦਾ ਸੀ, ਮਸ਼ੀਨਾਂ ਦੇ ਬੁੱਕਸ ਲੈ ਕੇ ਪੜ੍ਹਦਾ ਰਹਿੰਦਾ ਸੀ ਸਾਰੀ ਸਾਰੀ ਰਾਤ। ਓਕੇ, ਅਤੇ ਬਹੁਤ ਕੁਝ ਮਿਹਨਤ ਕੀਤੀ। ਫਿਰ ਭਿੰਦਰ ਡੱਬ ਵਾਲੀ ਸਾਹਿਬ ਨੇ, ਬਹੁਤ ਅੱਛੇ ਗੀਤਕਾਰ ਨੇ ਪੰਜਾਬੀ, ਉਹਨਾਂ ਦੇ ਲਈ ਮੈਂ ਕੰਮ ਕਰਿਆ ਕਰਦਾ ਸੀ। ਲਾਈਕ ਉਹ ਇੱਥੇ ਪੰਜਾਬ 'ਚ ਮਿਊਜ਼ਿਕ ਕਰਦੇ ਸੀ, ਮੇਰੇ ਕੋਲ ਆ ਕੇ ਉਹ ਵੋਕਲਸ ਰਿਕਾਰਡ ਕਰਦੇ ਹੁੰਦੇ ਸੀ, ਜਾਂ ਕੁਝ ਹੋਰ ਛੋਟਾ ਮੋਟਾ ਮਿਊਜ਼ਿਕ ਦਾ ਕੰਮ, ਜਾਂ ਫਿਰ ਮਿਕਸਿੰਗ ਵਗੈਰਾ ਕਰਨੀ ਉਹਨਾਂ ਦੀ, ਜੋ ਇੱਕ ਸਾਊਂਡ ਇੰਜੀਨੀਅਰ ਦਾ ਕੰਮ ਹੁੰਦਾ। ਤਾਂ ਮੈਂ ਆਪਣੇ ਵੱਲੋਂ ਇੰਟਰਸਟ ਲੈ ਕੇ ਕੰਮ ਕਰਦਾ ਸੀ, ਲਾਈਕ ਥੋੜ੍ਹਾ ਜਿਹਾ ਮਿਊਜ਼ੀਕਲ ਹੋ ਕੇ ਜਿੰਨੀ ਕੁ ਮੈਨੂੰ ਸਮਝ ਸੀ। ਅਤੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਲੱਗਿਆ ਕਿ ਵੀ ਇਹ ਬੰਦਾ ਕਰ ਸਕਦਾ ਕੰਮ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕਰੇਗਾ ਮਿਊਜ਼ਿਕ? ਮੈਂ ਕਿਹਾ ਜੀ ਮੈਨੂੰ ਕੁਛ ਨਹੀਂ ਪਤਾ, ਮਤਲਬ ਮੈਂ ਆਈ ਡੋਂਟ ਨੋ ਐਨੀਥਿੰਗ। ਉਹ ਕਹਿੰਦੇ ਜੀ ਮੈਨੂੰ, ਆਈ ਐਮ ਸ਼ੋਰ ਤੂੰ ਕਰ ਲਏਗਾ, ਮੈਨੂੰ ਕੌਨਫੀਡੈਂਸ ਹੈ ਤੇਰੇ 'ਤੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਜੇ ਤੁਸੀਂ, ਤੁਹਾਨੂੰ ਇੰਨਾ ਕੌਨਫੀਡੈਂਸ ਹੈ ਦੈਨ ਵਿਲ ਟਰਾਈ, ਮੈਂ ਕੋਸ਼ਿਸ਼ ਕਰਦਾ। ਮੈਨੂੰ ਲੱਗਦਾ ਜਿਹੜੀ ਮੈਡੀਕਲ ਦੀ ਪੜ੍ਹਾਈ ਸੀ ਉਹਨੇ ਤੁਹਾਡੀ ਹੈਲਪ ਕੀਤੀ, ਹੈ ਨਾ, ਸਟੂਡੀਓ ਦਾ ਕੰਮ ਕਰਨ ਲਈ? ਪਤਾ ਨਹੀਂ, ਰੱਬ ਨੇ ਹੈਲਪ ਕੀਤੀ ਜੀ, ਕਿਹੜੇ ਪਾਸੇ ਕੀ ਸੋਚਿਆ ਸੀ, ਕੀ ਕੀ ਕਿਹੜੇ ਪਾਸੇ ਆ ਗਏ, ਪਰ ਜੋ ਵੀ ਹੋਇਆ ਆਈ ਥਿੰਕ ਸ਼ਾਇਦ ਮੇਰੀ ਜ਼ਿੰਦਗੀ ਦੀ ਬਿਹਤਰੀ ਲਈ ਹੋਇਆ। ਉਹ ਤੁਹਾਡੀ ਪਹਿਲੀ ਕੰਪੋਜ਼ਿੰਗ ਕਿਹੜੀ ਸੀ ਸੌਂਗ ਦੀ? ਪਹਿਲਾ ਗਾਣਾ ਜੀ ਮੈਂ, ਵੈਸੇ ਮੈਂ ਇੱਕ ਚੀਜ਼ ਦੱਸਦਾ, ਸਭ ਤੋਂ ਪਹਿਲਾਂ ਮੈਂ ਕੀਤਾ ਸੀ ਭਗਵੰਤ ਮਾਨ ਭਾਅ ਜੀ ਦੀ ਕਾਮੇਡੀ ਐਲਬਮ 'ਚ ਬੈਕਗਰਾਉਂਡ ਮਿਊਜ਼ਿਕ, ਔਰ ਗਾਣੇ ਵੀ ਬਣਾਏ ਸੀ। ਅੱਛਾ, ਕੋਮਿਕ ਸੀਗੀ ਉਹ ਸਾਰੀ? ਹਾਂਜੀ ਹਾਂਜੀ, ਉਹ ਸਾਰਾ ਸਾਰਾ ਬੈਕਗਰਾਉਂਡ ਮਿਊਜ਼ਿਕ ਜਿੱਦਾਂ ਇੱਕ ਕਾਮੇਡੀ ਦੇ ਬੈਕਗਰਾਉਂਡ ਹੁੰਦਾ, ਉਹ ਸੀ, ਦੋ ਤਿੰਨ ਗਾਣੇ ਵੀ ਬਣਾਏ ਸੀ। ਬਟ ਐਜ਼ ਮਿਊਜ਼ਿਕ, ਲਾਈਕ ਫੁੱਲ ਫਲੈਜਡ ਮਿਊਜ਼ਿਕ ਐਲਬਮ, ਧਰਮਪ੍ਰੀਤ ਇੱਕ ਸਿੰਗਰ ਨੇ ਬਠਿੰਡੇ ਦੇ, ਉਹਨਾਂ ਦੀ ਇੱਕ ਐਲਬਮ ਸੀ ਨਿੱਕੀ ਹੁੰਦੀ ਦੇ ਖਿਡੌਣੇ ਰਿਹਾ ਤੋੜਦਾ ਅੱਜ ਸਾਡਾ ਦਿਲ ਤੋੜਦਾ, ਬਹੁਤ ਜ਼ਿਆਦਾ ਚੱਲਿਆ ਸੀ ਗਾਣਾ, ਬਹੁਤ ਜ਼ਿਆਦਾ, ਮਤਲਬ ਦੱਸ ਨਹੀਂ ਸਕਦਾ ਮੈਂ ਤੁਹਾਨੂੰ, ਇੰਨਾ ਜ਼ਿਆਦਾ ਚੱਲਿਆ ਸੀ। ਔਰ ਉਸ ਤੋਂ ਬਾਅਦ ਲਾਈਕ ਬੈਕ ਟੂ ਬੈਕ 20-25 ਐਲਬਮ ਇਸ ਤਰ੍ਹਾਂ ਦੇ ਸੀ ਜੋ ਕਿ ਬੈਕ ਟੂ ਬੈਕ ਸੁਪਰ ਡੁਪਰ ਹਿੱਟ ਹੋਏ ਸੀ। ਮਤਲਬ ਤੁਹਾਡਾ ਜਿਹੜਾ ਪਹਿਲਾ ਕਦਮ ਸੀਗਾ, ਹਾਂਜੀ, ਉਹ ਪੂਰਾ ਕਾਮਯਾਬੀ ਦੇ ਪਾਇਦਾਨ ਦੇ ਉੱਪਰ ਰੱਖਿਆ ਗਿਆ। ਹਾਂਜੀ ਹਾਂਜੀ ਬਿਲਕੁਲ, ਉਸ ਤੋਂ ਬਾਅਦ ਫਿਰ ਕਦੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ, ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਕਿ ਉਹ ਉਦੋਂ, ਅੱਛਾ ਉਦੋਂ ਇਹ ਜ਼ਮਾਨਾ ਵੀ ਨਹੀਂ ਸੀ ਟੀਵੀ ਚੈਨਲਸ ਜਾਂ ਇੰਟਰਨੈਟ ਦਾ, ਤਾਂ ਖੈਰ ਸਵਾਲ ਹੀ ਨਹੀਂ ਪੈਦਾ ਹੁੰਦਾ, ਟੀਵੀ ਚੈਨਲਸ ਵੀ ਨਹੀਂ ਸੀ, ਨੋ ਰੇਡੀਓ ਚੈਨਲ, ਮੀਡੀਆ ਦਾ ਕੋਈ ਉਹ ਨਹੀਂ ਸੀ, ਇਕੱਲਾ ਅਖਬਾਰ ਹੀ ਹੁੰਦਾ ਸੀ ਬਿਲਕੁਲ, ਔਰ ਸਾਡੀ ਅਜੀਤ ਅਖਬਾਰ ਜੀ ਐਡ, ਹਾਂਜੀ ਅਜੀਤ ਅਖਬਾਰ 'ਚ ਇੱਕ ਐਡ ਆਇਆ ਕਰਦੀ ਸੀ ਕਿ ਜੀ ਆਹ ਫਲਾਣੇ ਆਰਟਿਸਟ ਦੀ ਨਵੀਂ ਐਲਬਮ ਆ ਰਹੀ ਹੈ, ਸੋ ਐਂਡ ਸੋ ਟਾਈਟਲ, ਦੈਟਸ ਇਟ, ਬਸ ਇੰਨੀ ਕੁ ਇਨਫੋਰਮੇਸ਼ਨ ਹੁੰਦੀ ਸੀ ਜਨਤਾ ਨੂੰ, ਔਰ ਉਸ ਇਨਫੋਰਮੇਸ਼ਨ 'ਤੇ 50-50 ਲੱਖ ਕੈਸੇਟ ਵਿਕ ਜਾਇਆ ਕਰਦੀ ਸੀ। ਕਿਆ ਬਾਤ ਹੈ, ਕਿਆ ਬਾਤ ਹੈ, ਹੁਣ 50-50 ਲੱਖ ਰੁਪਏ ਦੀ ਐਡ ਦੇ ਦਿਓ, 50 ਕੈਸਟਾਂ ਨਹੀਂ ਵਿਕਦੀਆਂ, 50 ਸੀਡੀਆਂ ਨਹੀਂ ਵਿਕਦੀਆਂ। ਬਿਲਕੁਲ, ਬਦਲਦੇ ਜ਼ਮਾਨੇ ਦੇ ਰੰਗ ਨੇ, ਹੈ ਨਾ। ਤੁਹਾਨੂੰ ਕਿਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਹੈ ਖੁਦ ਪਸੰਦ ਹੈ? ਕੰਪੋਜ਼ਿੰਗ ਦਾ ਤੁਸੀਂ ਮੌਕੇ ਦੇ ਹਿਸਾਬ ਨਾਲ, ਡਿਮਾਂਡ ਦੇ ਹਿਸਾਬ ਨਾਲ ਕਈ ਤਰ੍ਹਾਂ ਦੇ ਯੋਨਸ ਦੀ ਕਰਦੇ ਹੋਵੋਗੇ। ਜੀ ਜੀ ਜੀ, ਤੁਹਾਨੂੰ ਆਪ ਨੂੰ ਖੁਦ ਨੂੰ ਕਿੱਦਾਂ ਦਾ ਪਸੰਦ ਹੈ ਮਿਊਜ਼ਿਕ ਕੰਪੋਜ਼? ਖੁਦ ਨੂੰ ਮੇਰਾ ਜੋ ਪਰਸਨਲ, ਮਤਲਬ ਟੇਸਟ ਕਹਿ ਸਕਦੇ ਹਾਂ, ਉਹ ਹੈ ਥੋੜ੍ਹਾ ਜਿਹਾ ਸੌਫਟ ਜਾਂ ਸੋਲਫੁੱਲ, ਜਿਹਦੇ 'ਚ ਥੋੜ੍ਹਾ ਜਿਹਾ ਤੁਹਾਨੂੰ ਗਾਣੇ 'ਚ ਫੀਲ ਹੋਏ, ਜਿਹਦੇ 'ਚ ਔਰ ਗਾਣਾ ਸੁਣ ਕੇ ਉਸ ਚੀਜ਼ ਨੂੰ ਤੁਸੀਂ ਫੀਲ ਕਰ ਸਕੋ, ਉਹ ਬੇਸਿਕਲੀ ਮੇਰਾ ਆਪਣਾ ਸੁਣਨ ਦਾ ਟੇਸਟ ਉਹ ਹੈ। ਬਾਕੀ ਕਮਰਸ਼ਲੀ ਕੰਮ ਕਰਨਾ ਹੁੰਦਾ ਜੋ ਲੋਕਾਂ ਨੂੰ ਪਸੰਦ ਹੈ, ਅਸੀਂ ਗਾਣੇ ਉਹ ਬਣਾਉਂਦੇ ਹਾਂ ਜੋ ਜੋ ਮਤਲਬ ਲੋਕ ਪਸੰਦ ਕਰਦੇ ਆ, ਲੋਕ ਇੱਦਾਂ ਦੇ ਵੀ ਪਸੰਦ ਕਰਦੇ ਆ, ਥੋੜ੍ਹੇ ਖੜਕੇ ਦੜਕੇ ਵਾਲੇ ਵੀ ਪਸੰਦ ਕਰਦੇ ਆ, ਥੋੜ੍ਹੇ ਮਾਡਰਨ ਸਟਾਈਲ ਦੇ ਵੀ ਪਸੰਦ ਕਰਦੇ ਆ, ਸੋ ਕੰਮ ਅਸੀਂ ਉੱਦਾਂ ਦਾ ਕਰਦੇ ਹਾਂ ਸਾਰਾ, ਬਟ ਆਪਣੀ ਸੁਣਨ ਦੀ ਸੁਣ ਜੋ ਆਪਣੀ ਸੁਣਨ ਦੀ ਚੀਜ਼ ਉਹ ਹੈ, ਉਹ ਥੋੜ੍ਹੀ ਜਿਹੀ ਹੋਰ। ਇੱਕ ਜਿਹੜਾ ਮਿਊਜ਼ਿਕ ਡਾਇਰੈਕਟਰ ਹੈ ਜਾਂ ਮਿਊਜ਼ਿਕ ਕੰਪੋਜ਼ਰ ਹੈ, ਉਹ ਇੱਕ ਧੁਨ ਜਾਂ ਇੱਕ ਟਿਊਨ ਬਣਾ ਲੈਂਦਾ ਹੈ। ਹਾਂਜੀ, ਕਿਸੇ ਸਿੰਗਰ ਨੂੰ ਚੂਜ਼ ਕਰਨਾ, ਸਿਲੈਕਟ ਕਰਨਾ, ਕਿਹਦੇ ਲਈ ਕਿਹੜਾ ਸਿੰਗਰ, ਕਿਹਦੀ ਆਵਾਜ਼, ਕਿਹਦਾ ਸਟਾਈਲ ਜਿਹੜਾ ਹੈ ਉਹ 'ਤੇ ਫਿੱਟ ਬੈਠੇਗਾ, ਹਾਂਜੀ, ਇਹ ਕਿੰਨੀ ਕਸ਼ਮਕਸ਼ ਦਾ ਸਮਾਂ ਹੁੰਦਾ ਇਹ ਚੂਜ਼ ਕਰਨਾ? ਐਕਚੁਲੀ ਕਸ਼ਮਕਸ਼ ਮੈਨੂੰ ਕਦੇ ਫੀਲ ਨਹੀਂ ਹੋਈ, ਕਿਉਂਕਿ ਗਾਣਾ ਅਸੀਂ ਸਿੰਗਰ ਦੇ ਹਿਸਾਬ ਨਾਲ ਬਣਾਉਂਦੇ ਹਾਂ। ਜੇ ਗਾਣਾ, ਸਪੋਜ਼ ਮੈਂ ਗਾਣਾ ਸਲੀਮ ਲਈ ਬਣਾ ਰਿਹਾ, ਤਾਂ ਮੈਂ
ਮੈਨੂੰ ਪਤਾ ਕਿ ਸਲੀਮ ਕੀ ਗਾ ਸਕਦਾ, ਕਿੰਨਾ ਗਾ ਓਕੇ ਸਕਦਾ, ਮਤਲਬ ਕਿੱਦਾਂ ਦਾ ਗਾਏਗਾ, ਤਾਂ ਮੈਂ ਉਹ ਚੀਜ਼ ਨੂੰ ਧਿਆਨ ਰੱਖ ਕੇ ਗਾਣਾ ਉਹਦੇ ਲਈ ਬਣਾਉਣਾ। ਜੇ ਗਾਣਾ ਜੈਲੀ ਨੇ ਗਾਣਾ ਹੈ ਤਾਂ ਮੈਨੂੰ ਉਹਦਾ ਸਟਾਈਲ ਪਤਾ ਕਿ ਵੀ ਉਹਦਾ ਇਹ ਸਟਾਈਲ ਹੈ, ਇਹ ਇੰਨਾ ਕੁ ਗਾ ਸਕਦਾ, ਉਹਦਾ ਟੈਂਪਰਾਮੈਂਟ ਕਿੱਦਾਂ ਦਾ ਉਹਦਾ, ਹਾਂ ਜਿੱਦਾਂ ਦੀ ਆਵਾਜ਼ ਹੈ। ਜਿੱਦਾਂ ਜੈਲੀ ਦੀ ਆਵਾਜ਼ ਬਹੁਤ ਵਾਈਡ ਹੈ, ਬੁਲੰਦ ਉੱਚੀ ਸੁਰ ਵਾਲੀ ਆਵਾਜ਼ ਹੈ। ਸਲੀਮ ਦਾ ਜੋ ਹੈ ਗਲਾ ਉਹ ਥੋੜ੍ਹਾ ਕਲਾਸੀਕਲ ਸਟਾਈਲ ਹੈ, ਦਿਲਜੀਤ ਦਾ ਆਪਣਾ ਇੱਕ ਅਲੱਗ ਸਟਾਈਲ ਹੈ। ਸੋ ਮਤਲਬ ਹਰ ਬੰਦੇ ਲਈ ਅਲੱਗ ਸੋਚ ਕੇ ਬਣਾਈਦਾ ਕਿ ਵੀ ਇਹ ਇਹ ਗਾਣਾ ਜੇ ਕਿਸੇ ਲਈ ਵੀ ਕਰ ਰਹੇ ਵੀ ਇਹ ਇਸ ਪਰਟੀਕੁਲਰ ਬੰਦੇ ਲਈ ਗਾਣਾ ਬਣਾਉਣਾ। ਤੁਹਾਡੀਆਂ ਬਣਾਈਆਂ ਹੋਈਆਂ ਧੁਨਾਂ ਦੇ ਉੱਪਰ, ਟਿਊਨਸ ਦੇ ਉੱਪਰ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ। ਜੀ ਜੀ ਜੀ। ਤੁਹਾਡਾ ਫੇਵਰੇਟ, ਜਾਂ ਤੁਹਾਨੂੰ ਲੱਗਦਾ ਹੋਵੇ ਕਿ ਮੇਰੀ ਟਿਊਨ ਨੂੰ ਐਨ ਪਰਫੈਕਟਲੀ ਪਰਫੈਕਸ਼ਨ ਦੇ ਲੈਵਲ ਤੱਕ ਆਸਾਨੀ ਨਾਲ ਕੋਈ ਗਾ ਲੈਂਦਾ ਹੈ ਕੋਈ ਗਾਇਕ, ਜੇ ਕਰਨਾ ਚਾਹੋ ਪਿੰਟ ਪੁਆਇੰਟ ਤਾਂ? ਮੈਂ ਇੱਦਾਂ ਨਹੀਂ, ਸਾਰੇ ਅੱਛੇ ਹੈ। ਦੇਖੋ ਹਰ ਇੱਕ ਦਾ ਆਪਣਾ ਅਲੱਗ ਸਟਾਈਲ ਹੈ ਗਾਉਣ ਦਾ, ਔਰ ਹਰ ਬੰਦਾ ਆਪਣੇ ਸਟਾਈਲ 'ਚ ਬਹੁਤ ਅੱਛਾ। ਜਿੱਦਾਂ ਮੈਂ ਹੁਣ ਨਾਲ ਲਏ ਆ ਦੋ ਤਿੰਨ ਹੋਰ ਵੀ ਆਰਟਿਸਟ ਨੇ ਜਿਨ੍ਹਾਂ ਲਈ ਮੈਂ ਕੰਮ ਕੀਤਾ, ਸੋ ਉਹਨਾਂ ਦਾ ਜੋ ਇੱਕ ਆਪਣਾ ਜੋਨਰ ਹੈ ਪਰਟੀਕੁਲਰ, ਉਸ ਜੋਨਰ 'ਚ ਉਹ ਅੱਛੇ ਹੈ ਸਾਰੇ। ਕਿਹਦੇ ਨਾਲ ਕੰਮ ਕਰਨਾ ਤੁਹਾਨੂੰ ਕੰਫਰਟੇਬਲ ਲੱਗਦਾ? ਸਾਰਿਆਂ ਨਾਲ, ਸਲੀਮ ਨਾਲ ਹੈ, ਜੈਲੀ ਨਾਲ ਹੈ, ਦਿਲਜੀਤ ਨਾਲ ਹੈ, ਹੋਰ ਵੀ ਬਹੁਤ ਸਾਰੇ ਆਰਟਿਸਟ, ਕਈ ਨਵੇਂ ਆਰਟਿਸਟ ਵੀ ਹੁੰਦੇ ਆ, ਉਹਨਾਂ ਨਾਲ ਵੀ ਹੁੰਦਾ। ਮੈਂ ਸਾਰਿਆਂ ਨਾਲ ਕੰਫਰਟੇਬਲ ਹਾਂ। ਅਤੇ ਅੱਜ ਕੱਲ੍ਹ ਕੀ ਚੱਲ ਰਿਹਾ, ਅੱਜ ਕੱਲ੍ਹ ਦਾ ਪ੍ਰੋਜੈਕਟ? ਅੱਜ ਕੱਲ੍ਹ ਜੀ ਇੱਕ ਤਾਂ ਹੁਣ ਆਏਗੀ ਦਿਲਜਾਨ ਦੀ ਐਲਬਮ, ਮੈਂ ਤੁਹਾਡਾ ਇੰਟਰਵਿਊ ਵੀ ਦੇਖਿਆ ਸੀ ਇੱਥੇ ਵੈਬ ਟੀ ਵੀ 'ਤੇ। ਹਾਂ ਸਰ, ਅਜੀਤ ਵੈਬ ਟੀ ਵੀ 'ਤੇ ਲਿਆ ਹੋਇਆ ਜੀ। ਅਤੇ ਬਹੁਤ ਅੱਛਾ ਸੁਰੀਲਾ ਮੁੰਡਾ ਹੈ ਦਿਲਜਾਨ, ਉਹਦਾ ਐਲਬਮ ਹੈ। ਜਸਵਿੰਦਰ ਬਰਾੜ ਇੱਕ ਆਰਟਿਸਟ ਨੇ, ਫੀਮੇਲ ਆਰਟਿਸਟ ਬਠਿੰਡੇ ਤੋਂ, ਉਹਨਾਂ ਦਾ ਐਲਬਮ ਹੈ। ਇੱਕ ਮੁੰਡਾ ਯੂ ਐੱਸ ਏ ਤੋਂ ਹੈ ਮਨੀ, ਉਹਦਾ ਐਲਬਮ ਹੈ। ਰੋਸ਼ਨ ਪ੍ਰਿੰਸ ਦਾ ਐਲਬਮ ਹੈ। ਕਾਫੀ ਸਾਰੇ ਐਲਬਮ ਲਾਈਨਡ ਅਪ ਹੈ। ਜਿਹੜਾ ਇਹ ਫੀਲਡ ਹੈ ਇਹ ਠੀਕ ਹੈ, ਸ਼ੋਹਰਤ, ਨਾਮ, ਲੋਕਾਂ ਦਾ ਬਹੁਤ ਸਾਰਾ ਪਿਆਰ, ਹਾਂਜੀ, ਅਤੇ ਰੱਬ ਦੀ ਦਿਆ ਨਾਲ ਕਾਮਯਾਬੀ ਜੇ ਅਸੀਂ ਇਨ ਟਰਮਸ ਆਫ ਮਨੀ ਲਈਏ ਉਹ ਵੀ ਕਾਫੀ ਹੁੰਦੀ ਹੈ, ਪਰ ਇਹ ਫੀਲਡ ਜਿੰਨਾ ਕੁਛ ਤੁਹਾਨੂੰ ਦਿੰਦਾ ਹੈ ਉਹਦੇ ਬਦਲੇ 'ਚ ਬੜਾ ਕੁਛ ਲੈਂਦਾ ਵੀ ਹੈਗਾ, ਟਾਈਮ ਤਾਂ ਪੂਰੇ ਲੈ ਲੈਂਦਾ। ਤੁਹਾਡੀ ਫੈਮਿਲੀ ਵਾਲੇ ਇਹਦੇ ਬਾਰੇ ਕੀ ਰਿਐਕਸ਼ਨ, ਪ੍ਰਤੀਕਰਮ ਦਿੰਦੇ ਨੇ, ਸ਼ਿਕਵਾ ਸ਼ਿਕਾਇਤ ਕਰਦੇ ਨੇ? ਸ਼ਿਕਵਾ ਸ਼ਿਕਾਇਤ ਦਾ ਮੈਂ ਐਕਚੁਅਲੀ ਚਾਂਸ ਦਿੰਦਾ ਨਹੀਂ ਉਹਨਾਂ ਨੂੰ। ਐਕਚੁਅਲੀ ਪਹਿਲਾਂ ਸਟੂਡੀਓ 'ਚ ਕੰਮ ਅਸੀਂ ਬਹੁਤ ਕਰਦੇ ਹੁੰਦੇ ਸੀ, ਅਲਟੀਮੇਟਲੀ ਉਹ ਰਾਤ ਨੂੰ ਲੇਟ ਹੋ ਜਾਣਾ, ਸਵੇਰੇ ਫਿਰ ਚਲੇ ਜਾਣਾ, ਤਾਂ ਫੈਮਿਲੀ ਲਈ ਟਾਈਮ ਇੰਨਾ ਬਚਦਾ ਨਹੀਂ ਸੀ। ਸੋ ਜਿਹੜਾ ਮੈਂ ਹੁਣ ਕੰਮ ਆਪ ਕਰਨਾ ਹੁੰਦਾ, ਲਾਈਕ ਜਿਹਦੇ 'ਚ ਕਿਸੇ ਹੋਰ ਥਰਡ ਪਰਸਨ ਦੀ ਇਨਵੋਲਵਮੈਂਟ ਨਹੀਂ ਹੈ, ਮਿਊਜ਼ਿਕ ਪ੍ਰੋਗਰਾਮਿੰਗ ਔਰ ਮਿਊਜ਼ਿਕ ਮੇਕਿੰਗ ਦਾ, ਜਿਹੜਾ ਮੈਂ ਆਪਣੇ ਘਰ 'ਚ ਹੀ ਇੱਕ ਟੋਪ ਫਲੋਰ 'ਤੇ ਛੋਟਾ ਜਿਹਾ ਸਟੂਡੀਓ ਲਾ ਲਿਆ, ਓਕੇ, ਸੋ ਦੈਟ ਕਿ ਮੈਂ ਉੱਥੇ ਕੰਮ ਵੀ ਕਰ ਲਾਂ, ਜਦੋਂ ਮੇਰਾ ਦਿਲ ਕਰੇ ਮੈਂ ਥੱਲੇ ਆ ਜਾਵਾਂ, ਘਰੇ ਫੈਮਿਲੀ ਨਾਲ ਵੀ ਟਾਈਮ ਸਪੈਂਡ ਕਰ ਲਾਂ, ਉਹਨਾਂ ਨੂੰ ਵੀ ਹੁੰਦਾ ਹੈ ਵੀ ਚਲੋ ਸਾਡੇ ਨਾਲ ਵੀ ਹੈ ਨਾ। ਜੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਤੁਹਾਡਾ ਕੰਪੋਜ਼ਿੰਗ ਦਾ ਜਾਂ ਮਿਊਜ਼ਿਕ ਕ੍ਰੀਏਸ਼ਨ ਦਾ ਕੰਮ ਚੱਲ ਜਾਂਦਾ, ਅਤੇ ਪਰਿਵਾਰ ਦੀ ਉਹਦੇ 'ਚ ਇਨਵੋਲਵਮੈਂਟ ਕਿੱਦਾਂ ਚੱਲ ਰਹੀ ਹੁੰਦੀ, ਉਹਨਾਂ ਦਾ ਕੀ ਸਹਿਯੋਗ ਰਹਿੰਦਾ? ਉਹਨਾਂ ਦਾ ਬੇਟੇ ਦਾ ਕੀ ਸਹਿਯੋਗ ਰਹਿੰਦਾ? ਜੀ ਮੇਰੇ ਬੇਟੇ ਦਾ ਉਹ ਅਜੇ ਬਹੁਤ ਛੋਟਾ ਹੈ, ਇਜ਼ ਜਸਟ ਇੱਕ ਸਵਾ ਸਾਲ ਦਾ ਹੈ, ਅਤੇ ਅਜੇ ਤਾਂ ਉਹਨੂੰ ਮਿਊਜ਼ਿਕ ਵਿਚਾਰੇ ਨੂੰ ਸਮਝ ਵੀ ਆਉਣਾ ਨਹੀਂ ਸ਼ੁਰੂ ਹੋਇਆ, ਮਤਲਬ ਥੋੜ੍ਹਾ ਥੋੜ੍ਹਾ ਜਿਹਾ ਉਹ ਅਜੇ ਮਿਊਜ਼ਿਕ 'ਤੇ ਰਿਐਕਟ ਕਰਨ ਲੱਗ ਗਿਆ। ਪਰ ਤੁਹਾਡੇ ਉਹ ਜਿਹੜੇ ਇੰਸਟਰੂਮੈਂਟਸ ਉਹਨਾਂ ਨੂੰ ਆ ਕੇ ਛੇੜਦਾ ਤਾਂ ਹੋਏਗਾ, ਹੈ ਨਾ? ਬਹੁਤ ਬਹੁਤ ਜ਼ਿਆਦਾ, ਪੁੱਛਦਾ ਕਿ ਪਾਪਾ ਕੀ ਇੱਥੇ ਲੱਗੇ ਰਹਿੰਦੇ? ਹਾਂਜੀ ਹਾਂਜੀ, ਉਹ ਉੱਪਰ ਆ ਕੇ ਫਿਰ ਉਹ ਕੀਬੋਰਡ ਨੂੰ ਲੈ ਕੇ ਇੱਦਾਂ ਹੱਥ ਇੱਦਾਂ ਇੱਦਾਂ ਹੱਥ ਮਾਰਦਾ ਰਹਿੰਦਾ। ਅਤੇ ਬਾਕੀ ਫੈਮਿਲੀ ਦੀ ਸਪੋਰਟ ਤਾਂ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਸਾਡਾ ਕੰਮ ਇੱਦਾਂ ਦਾ ਹੈ ਕਿ ਜਦ ਤੱਕ ਤੁਹਾਡੇ ਨਾਲ ਤੁਹਾਡੀ ਫੈਮਿਲੀ ਹੈ ਨਹੀਂ, ਟਰੈਵਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਦੇ ਕਦੇ, ਔਰ ਲੇਟ ਨਾਈਟਸ ਹੁੰਦੇ ਆ, ਸੋ ਫੈਮਿਲੀ ਜੇ ਤੁਹਾਡੇ ਨਾਲ ਸਪੋਰਟਿਵ ਨਹੀਂ ਹੈ, ਕੋਆਪਰੇਟ ਨਹੀਂ ਕਰਦੀ, ਤਾਂ ਔਖਾ ਹੋ ਜਾਂਦਾ। ਬਟ ਥੈਂਕਫੁਲ ਟੂ ਗੋਡ ਕਿ ਮੇਰੇ ਫੈਮਿਲੀ, ਮੇਰੇ ਪੇਰੈਂਟਸ, ਮੇਰੇ ਡੈਡ, ਮੋਮ, ਮਾਈ ਵਾਈਫ, ਮਾਈ ਬ੍ਰਦਰਸ, ਸਾਰੇ ਬਹੁਤ ਜ਼ਿਆਦਾ ਸਪੋਰਟ ਕਰਦੇ, ਪਿਆਰ ਕਰਦੇ ਆ। ਜਦੋਂ ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇਖਦੇ ਹਾਂ, ਜਾਂ ਕੁਛ ਹਿੰਦੀ ਜਾਂ ਜਿਹੜੇ ਪਾਕਿਸਤਾਨੀ ਗਾਇਕ ਵੀ ਨੇ, ਉਹਨਾਂ ਦੀ ਆਵਾਜ਼ ਕਈਆਂ ਦੀ ਬਹੁਤ ਖੂਬਸੂਰਤ ਹੈ, ਅਤੇ ਮਾਸ਼ਾਅੱਲਾ ਉਹਨਾਂ ਦੀ ਸਿਹਤ ਵੀ ਬੜੀ, ਦੇਖਣ ਨੂੰ ਲੱਗਦਾ ਕਿ ਰੱਜੇ ਪੁੱਜੇ ਖਾਂਦੇ ਪੀਂਦੇ ਖਾਂਦੇ ਲੋਕ ਨੇ। ਅਤੇ ਕੁਛ ਸਮਾਂ ਪਹਿਲਾਂ ਤੁਸੀਂ ਵੀ ਉਸ ਕੈਟਾਗਰੀ 'ਚ ਆਉਂਦੇ ਸੀਗੇ। ਮੈਂ ਵੀ ਕੁਛ ਟਾਈਮ ਪਹਿਲਾਂ ਪਾਕਿਸਤਾਨੀ ਲੱਗਦਾ ਹੁੰਦਾ ਸੀ, ਨੁਸਰਤ ਸਾਹਿਬ ਦਾ ਭਤੀਜਾ ਹੀ ਲੱਗਦਾ ਹੁੰਦਾ ਸੀ। ਅਤੇ ਫਿਰ ਤੁਸੀਂ ਕਿਉਂ ਉਸ ਕੈਟਾਗਰੀ 'ਚ ਬਾਹਰ ਆ ਗਏ? ਮੈਂ ਅਜੇ ਵੀ ਉਸ ਕੈਟਾਗਰੀ 'ਚ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲਿਆ, ਮੈਂ ਨਿਕਲ ਜਾਣਾ ਸ਼ੁਰੂ ਕਰ ਦਿੱਤਾ ਨਾ। ਹਾਂਜੀ ਹਾਂਜੀ, ਨਹੀਂ ਮੈਂ ਨਿਕਲ ਜਾਣਾ ਉਸ ਕੈਟਾਗਰੀ 'ਚੋਂ ਬਾਹਰ। ਐਕਚੁਲੀ ਦੇਖੋ, ਹੈਲਥ ਉਹ ਜੋ ਸੀ ਮੇਰਾ, ਉਹ ਚੀਜ਼ ਠੀਕ ਨਹੀਂ ਸੀ। ਅਤੇ ਨਹੀਂ, ਇਹਦੀ ਵਜ੍ਹਾ ਸੀ ਤੁਸੀਂ ਬਹੁਤ ਸ਼ੌਕ ਰੱਖਦੇ ਹੋ ਖਾਣ ਪੀਣ ਦਾ? ਨਹੀਂ, ਖਾਣ ਪੀਣ ਤਾਂ ਸ਼ੌਕ ਦੀ ਗੱਲ ਨਹੀਂ, ਕੁਛ ਚੀਜ਼ ਇੱਕ ਤਾਂ ਥੋੜ੍ਹਾ ਜਿਹਾ ਜੈਨੇਟਿਕ ਹੈਰੀਡਿਟਰੀ ਸੀ,
ਫਿਰ ਕੰਮ ਸਾਡਾ ਇੱਦਾਂ ਦਾ ਹੈ ਕਿ ਸਾਰਾ ਦਿਨ ਬਹਿਣ ਦਾ ਕੰਮ ਹੈ, ਟਰੂ, ਖਾਣ ਪੀਣ ਦਾ ਟਾਈਮ ਨਹੀਂ, ਬ੍ਰੇਕਫਾਸਟ ਕਰਨਾ 12 ਵਜੇ, ਲੰਚ ਕਰਨਾ 5 ਵਜੇ, ਡਿਨਰ ਕਰਨਾ ਰਾਤ ਨੂੰ 2 ਵਜੇ, ਅਤੇ ਫਿਰ ਠੀਕ ਹੈ, ਖਾਣ ਪੀਣ ਦਾ ਸ਼ੌਂਕ ਤਾਂ ਹੁੰਦਾ ਹੀ ਹੈ ਕਲਾਕਾਰਾਂ ਨੂੰ ਤਾਂ ਹੁੰਦਾ ਹੀ ਹੈ, ਅਤੇ ਉਹ ਸਾਰੀਆਂ ਚੀਜ਼ਾਂ ਫਿਰ ਇਕੱਠੀਆਂ ਹੋ ਕੇ ਉਹ ਪਾਈਲੋਨ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ, ਆਪਣੇ ਆਪ ਨੂੰ ਟਾਈਮ ਨਹੀਂ ਦਿੱਤਾ, ਇਹ ਆਪਣੇ ਆਪ ਅਹਿਸਾਸ ਹੋ ਗਿਆ ਸੀ ਕਿਸੇ ਨੇ ਕਿਹਾ? ਨਹੀਂ ਜੀ, ਇਹ ਡਾਕਟਰਾਂ ਨੇ ਅਹਿਸਾਸ ਕਰਾਇਆ। ਹਾਂਜੀ, ਮੈਂ ਥੋੜ੍ਹਾ ਜਿਹਾ ਮੈਡੀਕਲ ਇਸ਼ੂਜ਼ ਹੋ ਗਏ ਸੀ, ਸ਼ੁਰੂ ਹੋਣੇ ਹੋ ਗਏ, ਮਤਲਬ ਹੋਣ ਲੱਗ ਗਏ ਸੀ, ਅਤੇ ਉਦੋਂ ਫਿਰ ਮੈਨੂੰ ਥੋੜ੍ਹਾ ਜਿਹਾ ਅਲਰਟ ਕੀਤਾ ਸਾਡੇ ਇੱਕ ਡਾਕਟਰ ਨੇ, ਉਹਨਾਂ ਨੇ ਕਿ ਵੀ ਤੈਨੂੰ ਪ੍ਰੋਬਲਮ ਕੋਈ ਨਹੀਂ, ਬਿਮਾਰੀ ਕੋਈ ਨਹੀਂ ਹੈ, ਹੋ ਸਕਦੀ ਹੈ, ਯੂ ਆਰ ਔਨ ਵਰਜ ਆਫ ਦੈਟ, ਮਤਲਬ ਯੂ ਆਰ ਸਿਟਿੰਗ ਔਨ ਅ ਟਾਈਮ ਬੌਮ। ਓਕੇ, ਅਤੇ ਮੈਨੂੰ ਵੀ ਫਿਰ ਉਹ ਚੀਜ਼ ਅੰਦਰੋਂ, ਮਤਲਬ ਇੱਕ ਡਿਪਰੈਸ਼ਨ ਜਿਹਾ ਹੋ ਗਿਆ ਸੀ ਮੈਨੂੰ, ਅਤੇ ਮੈਨੂੰ ਇਹ ਫਿਰ ਇਹ ਚੀਜ਼ ਫੀਲ ਹੋਈ ਕਿ ਨਹੀਂ ਯਾਰ, ਇਟਸ ਹਾਈ ਟਾਈਮ ਆਈ ਸ਼ੁੱਡ, ਯੂ ਨੋ, ਮੈਨੂੰ ਠੀਕ ਕਰਨਾ ਚਾਹੀਦਾ, ਕੰਮ ਕੁੰਮ ਤਾਂ ਹੁਣ ਇੰਨੇ ਸਾਲ ਹੋ ਗਏ ਕਰਦੇ ਨੂੰ, ਇਹ ਚੀਜ਼ ਤਾਂ ਕਦੇ ਚੇਂਜ ਹੋਣ ਨਹੀਂ ਵਾਲੀ। ਮੇਰਾ ਰੂਟੀਨ ਇੱਦਾਂ ਦਾ ਸੀ, ਮੈਂ ਸਾਰੀ ਰਾਤ ਕੰਮ ਕਰਦਾ ਹੁੰਦਾ ਸੀ, ਆਈ ਯੂਸ ਟੂ ਵਰਕ 18 ਆਵਰਸ ਅ ਡੇ। ਓਕੇ, ਮਤਲਬ ਮੈਂ ਸਵੇਰੇ 5 ਵਜੇ ਸੋਇਆ ਕਰਦਾ ਸੀ, ਸਵੇਰੇ 8-9 ਵਜੇ ਉੱਠ ਖੜਦਾ ਸੀ, ਫਿਰ 11 ਵਜੇ। ਮਤਲਬ ਤੁਸੀਂ ਆਪਣੀ ਬਾਇਓਲੋਜੀਕਲ ਕਲੋਕ ਨਾਲ ਪੂਰੀ ਤਰ੍ਹਾਂ ਖਿਲਵਾੜ ਕਰ ਰਹੇ ਸੀ। 15 ਸਾਲ ਇਹੀ ਕੁਝ ਕੀਤਾ ਮੈਂ, ਤੇ ਫਿਰ ਅਲਟੀਮੇਟਲੀ ਜਦੋਂ ਬੰਦਾ ਏਜ ਵੱਧਦੀ ਹੈ, ਥੋੜਾ ਜਿਹਾ ਅਕਲ ਵੀ ਆ ਜਾਂਦੀ ਬੰਦੇ ਨੂੰ ਉਮਰ ਨਾਲ। ਅੱਛਾ, ਜ਼ਿਆਦਾ ਐਫਰਟ ਕਰਨੇ ਪਏ ਕਿ ਐਫਰਟ ਤਾਂ ਆਫ ਕੋਰਸ ਐਕਸਰਸਾਈਜ਼, ਯਾ ਐਫਰਟ, ਕੀ ਰੂਟੀਨ ਆ ਤੁਹਾਡੀ ਹੁਣ ਅੱਜ ਕੱਲ੍ਹ? ਮਿਹਨਤ ਤੋਂ ਬਗੈਰ ਤਾਂ ਇਹ ਚੀਜ਼ ਹੋ ਹੀ ਨਹੀਂ ਸਕਦੀ ਸੀ। ਰੂਟੀਨ ਮੇਰੀ ਜੀ, ਰੂਟੀਨ ਤਾਂ ਅਜੇ ਵੀ ਓਨੀ ਪਰਫੈਕਟ ਨਹੀਂ ਹੈ, ਬਟ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਆਪਣਾ ਖਾਣੇ ਦਾ ਟਾਈਮ ਫਿਕਸ ਰੱਖਾਂ, ਔਰ ਖਾਣੇ ਦਾ ਜੋ ਮੈਂ ਖਾਣਾ ਹੈ, ਆਈ ਸ਼ੁੱਡ ਟੇਕ ਕੇਅਰ ਆਫ ਦੈਟ, ਕਿ ਮੈਂ ਕੀ ਖਾ ਰਿਹਾ, ਕਿੰਨਾ ਖਾ ਰਿਹਾ। ਕੋਈ ਪ੍ਰੋਫੈਸ਼ਨਲ ਹੈਲਪ ਲੈਂਦੇ ਹੋਗੇ ਜਾਂ ਖੁਦ ਹੀ? ਨਹੀਂ ਜੀ, ਮੈਂ ਆਪ ਹੀ ਮੈਨੇਜ ਕੀਤਾ ਸਾਰਾ ਕੁਝ। ਹਾਂਜੀ, ਮੈਂ ਕੀਤਾ ਡਾਇਟੀਸ਼ੀਅਨਸ ਨਾਲ ਵੀ ਕੰਸਲਟ ਕੀਤਾ, ਬਟ ਜੋ ਜੋ ਮੈਨੂੰ, ਮਤਲਬ ਆਪ ਨੂੰ ਆਪਣੇ ਆਪ ਨਾਲ ਮੈਨੇਜ ਕਰਕੇ ਜੋ, ਮਤਲਬ ਇੱਕ ਸਕੂਨ ਜਿਹਾ ਮਿਲਦਾ, ਲਾਈਕ ਮੈਨੂੰ ਪਤਾ ਹੈ ਕਿ ਮੇਰੀ ਬੋਡੀ ਨੂੰ ਕੀ ਚਾਹੀਦਾ, ਆਪਣਾ ਕ੍ਰਿਟਿਕ ਬੰਦਾ ਸਭ ਤੋਂ ਵੱਡਾ ਖੁਦ ਹੀ ਹੋ ਸਕਦਾ, ਅਤੇ ਉਹ ਆਪਣੇ ਆਪ ਕੀਤਾ। ਮੈਂ ਐਕਸਰਸਾਈਜ਼ ਵਾਕ ਕਰਨੀ ਸ਼ੁਰੂ ਕੀਤੀ, ਵਾਕ ਤੋਂ ਬਾਅਦ ਫਿਰ ਜਿਮ ਜੁਆਇਨ ਕੀਤਾ, ਅਤੇ ਉੱਥੇ ਮੇਰੇ ਟ੍ਰੇਨਰਸ ਨੇ ਜਿਨ੍ਹਾਂ ਨੇ ਮੈਨੂੰ ਹੈਲਪ ਕੀਤੀ ਹੈ। ਗੁੱਡ, ਕਿਉਂਕਿ ਹਲੇ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਜਾਂ ਹਿੰਦੀ ਮਿਊਜ਼ਿਕ ਇੰਡਸਟਰੀ ਵੀ, ਉਹਨੇ ਵੀ ਤੁਹਾਡਾ ਬਹੁਤ ਸਾਰਾ ਟਾਈਮ ਲੈਣਾ ਹਲੇ। ਹਾਂਜੀ ਹਾਂਜੀ, ਉਹ ਫਿਰ ਕੰਮ ਸਾਰੀਆਂ ਚੀਜ਼ਾਂ ਫਿਰ ਉਸ ਚੀਜ਼ ਨੂੰ ਦੇਖਦੇ ਹੋਏ ਕਿ ਫੈਮਿਲੀ ਵੀ ਹੈ, ਸਾਰਾ ਕੁਛ ਹੈ, ਸੋ ਥੋੜ੍ਹਾ ਜਿਹਾ ਹੈਲਥ ਠੀਕ ਰਹੇਗੀ ਤਾਂ ਬਿਲਕੁਲ। ਅਤੇ ਕੀ ਫਿਊਚਰ ਪਲਾਨ ਕੀ ਨੇ, ਕੀ ਸੋਚ ਰਹੇ ਹੋ ਫਿਊਚਰ ਦੇ ਵਿੱਚ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ, ਔਰ ਖਾਸ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ? ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਤਾਂ ਫਿਊਚਰ ਅੱਛਾ ਹੀ ਹੈ ਜੀ, ਓਬਵੀਅਸਲੀ ਪੰਜਾਬੀ ਮਿਊਜ਼ਿਕ, ਕਿਉਂਕਿ ਸਾਰੀ ਦੁਨੀਆ 'ਚ ਸੁਣਿਆ ਜਾਂਦਾ ਹੈ, ਚਾਹੇ ਉਹ ਪੰਜਾਬੀ ਲੋਕ ਨੇ ਚਾਹੇ ਪੰਜਾਬੀ ਨਹੀਂ ਨੇ, ਹਰ ਬੰਦ, ਮਤਲਬ ਹਰ ਜਗ੍ਹਾ ਪਾਪੂਲਰ ਹੈ ਪੰਜਾਬੀ ਮਿਊਜ਼ਿਕ, ਸੋ ਪੰਜਾਬੀ ਮਿਊਜ਼ਿਕ ਤਾਂ ਫੋਰਐਵਰ ਹੀ ਹੈ। ਬਾਕੀ ਅੱਛੇ ਸਿੰਗਰ ਵੀ ਹੈ, ਘੱਟ ਅੱਛੇ ਵੀ ਹੈ, ਨਵੇਂ ਹੈ, ਪੁਰਾਣੇ ਹੈ, ਸਾਰਾ ਕੁਝ ਵਧੀਆ ਚੱਲੀ ਜਾਂਦਾ, ਔਰ ਅਸੀਂ ਕੰਮ ਕਰ ਰਹੇ ਹਾਂ ਕੁਝ ਨਵੇਂ ਸਿੰਗਰਸ ਨੂੰ ਇੰਟਰੋਡਿਊਸ ਕਰ ਰਹੇ ਹਾਂ ਜੋ ਬਹੁਤ ਅੱਛੇ ਟੈਲੈਂਟ ਨੇ, ਔਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨੇ ਜੋ ਕਿ ਆਉਣ ਵਾਲੇ ਟਾਈਮ 'ਚ ਸਾਡੇ ਸਾਹਮਣੇ ਦੇਖਣ ਨੂੰ, ਜ਼ਰੂਰ ਸੁਣਨ ਨੂੰ ਜ਼ਰੂਰ ਮਿਲਣਗੀਆਂ। ਜਦੋਂ ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਮਾਣ ਕਰਨ ਵਾਲੀਆਂ ਨੇ ਜੀ, ਪਰ ਕੁਝ ਚੀਜ਼ਾਂ ਇੱਦਾਂ ਦੀਆਂ ਵੀ ਨੇ ਜਿਹੜੀਆਂ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀਆਂ ਨੇ ਪੰਜਾਬ ਦਾ। ਮੈਨੂੰ ਲੱਗਦਾ ਹੈ ਜੇ ਹਰ ਨੌਜਵਾਨ ਨਾ ਸਹੀ ਅਤੇ ਹਰ ਤੀਸਰਾ ਚੌਥਾ ਨੌਜਵਾਨ ਜਿਹੜਾ ਹੈ ਉਹ ਜ਼ਰੂਰ ਗਾਇਕ ਬਣਨਾ ਚਾਹੁੰਦਾ, ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ, ਬਾਕੀ ਕੰਮਾਂ ਨੂੰ ਛੱਡ ਕੇ ਇਸ ਪਾਸੇ ਵੱਲ ਆਉਣਾ ਚਾਹੁੰਦਾ ਹੈ। ਇਹੋ ਜਿਹੇ ਬੱਚੇ ਜਾਂ ਇਹੋ ਜਿਹੇ ਨੌਜਵਾਨ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹ ਜ਼ਰੂਰ ਗੱਲ ਕਹਿਣੀ ਚਾਹੂੰਗਾ, ਬੜਾ ਮੈਂ ਇਹ ਸਵਾਲ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਜੋ ਬੱਚੇ ਇਹ ਸੋਚਦੇ ਹੈ ਕਿ ਬਹੁਤ ਈਜ਼ੀ ਜੌਬ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਬਹੁਤ ਆਸਾਨ ਕੰਮ ਹੈ, ਆਸਾਨ ਟੈਕਨੋਲੋਜੀ ਨੇ ਬਣਾਤਾ, ਜਦਕਿ ਮੇਰੇ ਖਿਆਲ ਹੈ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ, ਬਿਲਕੁਲ, ਕਿਉਂਕਿ ਇਹ ਸਾਧਨਾ ਹੈ। ਔਰ ਜੇ ਉਹ ਇਹ ਸੋਚਦੇ ਕਿ ਜੀ ਠੀਕ ਹੈ ਇੱਕ ਗਾਣਾ ਬਣਾ ਲਿਆ, ਥੋੜ੍ਹਾ ਬਹੁਤਾ ਪੈਸਾ ਹੈ ਜਾਂ ਕੁਛ ਇੱਧਰੋਂ ਉੱਧਰੋਂ ਅਰੇਂਜ ਕਰਕੇ, 4 ਦਿਨ TV 'ਤੇ ਆ ਗਏ, 4 ਲੋਕਾਂ ਦੇ ਫੋਨ ਆ ਗਏ ਮੁੜ ਕੇ, ਦੈਟਸ ਲਾਈਫ, ਨਹੀਂ। ਤੁਸੀਂ ਪੜ੍ਹਾਈ ਕਰੋ, ਤੁਸੀਂ ਆਪਣਾ ਕੁਛ ਹੋਰ, ਇੰਨੇ ਪ੍ਰੋਫੈਸ਼ਨਸ ਹੈ, ਕੋਈ ਜੌਬ ਕਰੋ, ਕੋਈ ਬਿਜ਼ਨਸ ਕਰੋ। ਔਰ ਹਾਂ, ਜੇ ਤੁਸੀਂ ਵਾਕਈ ਟੈਲੈਂਟਡ ਹੋ ਤਾਂ ਪਹਿਲਾਂ ਆਪਣੇ ਟੈਲੈਂਟ ਨੂੰ ਪੋਲਿਸ਼ ਕਰੋ, ਫਿਰ ਤੁਸੀਂ ਇਸ ਫੀਲਡ 'ਚ ਆਓ, ਕਿਉਂ ਨਹੀਂ। ਸਾਨੂੰ ਡੈਫੀਨੇਟਲੀ ਚੰਗੇ ਬੱਚਿਆਂ ਦੀ ਲੋੜ ਹੈ, ਫਿਊਚਰ 'ਚ ਨਵੇਂ ਸਿੰਗਰਾਂ ਦੀ ਬਹੁਤ ਲੋੜ ਹੈ, ਬਟ ਜੇ ਇੱਕ ਰਿਐਲਿਟੀ ਚੈੱਕ ਹੋਣਾ ਜ਼ਰੂਰੀ ਹੈ, ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਲਾਇਕ ਹਾਂ ਜਾਂ ਨਹੀਂ। ਗਰਾਊਂਡ ਰਿਐਲਿਟੀਜ਼ ਨੂੰ ਛੱਡ ਕੇ ਉਹ ਅੱਖਾਂ ਬੰਦ ਕਰਕੇ ਨਿਕਲ ਪੈਂਦੇ ਨੇ, ਬਸ ਉਹ ਇੱਕ ਜਿਹੜੀ ਚਮਕ ਧਮਕ ਹੈ ਨਾ, ਆਊਟਰ ਲੇਅਰ ਜਿਹੜੀ ਹੈ ਗਲੈਮਰ ਦੀ, ਕਿ ਜੀ TV 'ਤੇ ਆ ਕੇ
ਲੋਕਾਂ ਦੇ ਪਛਾਣਨਾ ਸ਼ੁਰੂ ਕਰਤਾ। ਹਾਂ, ਆਟੋਗ੍ਰਾਫ ਮੰਗ ਰਹੇ ਨੇ, ਵਾਹ ਵਾਹ ਹੋ ਰਹੀ ਹੈ। ਹਾਂਜੀ, ਉਹ 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 ਇੱਕ ਇੱਕ ਜਿਹੜੀ ਉਸ ਡ੍ਰੀਮ ਵਰਲਡ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਚੀਜ਼ ਹੈ, ਬਟ ਪ੍ਰੈਕਟੀਕਲੀ ਇੱਦਾਂ ਹੁੰਦਾ ਨਹੀਂ ਹੈ। ਨਹੀਂ ਹੁੰਦਾ, ਤੇ ਅਲਟੀਮੇਟਲੀ ਉਹ ਆਪਣੇ ਪੈਸੇ ਖਰਾਬ ਕਰਕੇ ਫਿਰ ਵਾਪਸ ਕਿਸੇ ਹੋਰ ਕੰਮ। ਤੁਸੀਂ ਬੜੀ ਅੱਛੀ ਨਸੀਹਤ ਦਿੱਤੀ ਹੈ ਕਿ ਗਰਾਊਂਡ ਰਿਐਲਿਟੀ ਤੋਂ ਵਾਕਿਫ ਜ਼ਰੂਰ ਹੋਣਾ ਚਾਹੀਦਾ। ਬਿਲਕੁਲ, ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰ ਸਕਦਾ। ਤੁਸੀਂ ਬਹੁਤ ਸਾਰੇ ਸਿੰਗਰਸ, ਬਹੁਤ ਸਾਰੇ ਗਾਇਕਾਂ ਨੂੰ ਮਤਲਬ ਪਹਿਲੀ ਬ੍ਰੇਕ ਦਿੱਤੀ ਜਾਂ ਉਹਨਾਂ ਲਈ ਕੰਪੋਜ਼ਿੰਗ ਕੀਤੀ। ਤੁਸੀਂ 뮤직 ਕੰਪੋਜ਼ਰਸ ਜਿਹੜੇ ਬਿਹਾਈਂਡ ਦਾ ਕੈਮਰਾ ਰਹਿਣ ਵਾਲੀਆਂ ਸ਼ਖਸੀਅਤਾਂ, ਜਿਨ੍ਹਾਂ ਦੀ ਅਸੀਂ ਧੁਨਾਂ ਸੰਗੀਤ ਤਾਂ ਸੁਣਦੇ ਸੀ, ਕਦੇ ਉਹਨਾਂ ਦੀਆਂ ਸ਼ਕਲਾਂ ਸਾਲ 'ਚ ਮਾਈਕ 'ਤੇ ਨਜ਼ਰ ਆਉਂਦੀਆਂ ਸੀ ਕਿਸੇ ਅਖਬਾਰ 'ਚ ਜਾਂ ਕਿਸੇ ਅਵਾਰਡ ਫੰਕਸ਼ਨਸ ਦੇ ਵਿੱਚ, ਪਰ ਤੁਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ, ਉਹਨਾਂ ਨੂੰ ਸਕਰੀਨ 'ਤੇ ਲਿਆਂਦਾ, ਮਤਲਬ ਪਹਿਲਾਂ ਖੁਦ ਆਏ ਫਿਰ ਬਾਕੀਆਂ ਨੂੰ ਵੀ ਚਸਕਾ ਪੈ ਗਿਆ ਕਿ ਅੱਛਾ ਸਚਿਨ ਕਰ ਰਿਹਾ ਅਤੇ ਅਸੀਂ ਵੀ ਆਈਏ, ਅਤੇ ਹੁਣ ਫਿਲਮਾਂ ਵੱਲ ਜਾਣ ਦਾ ਪ੍ਰੋਗਰਾਮ ਕਦੋਂ ਤੋਂ ਸ਼ੁਰੂ ਹੋ ਰਿਹਾ? ਉਹ ਜਿਹੜਾ ਸੀ ਨਾ ਸਕਰੀਨ 'ਤੇ ਆਉਣ ਦਾ, ਉਹ ਮੈਂ ਸ਼ੌਂਕ ਨਾਲ ਹੀ ਕੀਤਾ ਸੀ। ਇੱਕ ਐਲਬਮ ਮੈਂ ਕੀਤਾ ਸੀ, ਬਾਕੀ ਨੇ ਸ਼ੌਂਕ ਪਾ ਦਿੱਤਾ ਤੁਸੀਂ। ਮੈਂ ਐਲਬਮ ਕੀਤਾ ਸੀ ਇੱਕ, ਉਹਦੇ 'ਚ ਪਹਿਲਾ ਗਾਣਾ ਲਾਂਚ ਹੋਇਆ ਤਾਂ ਉਹ ਬਹੁਤਾ ਮਤਲਬ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ। ਐਲਬਮ ਅੱਛਾ ਸੀ, ਗਾਣੇ ਅੱਛੇ ਸੀ, ਅਤੇ ਮੈਂ ਇਹ ਸੋਚਿਆ, ਮੈਂ ਕਿਹਾ ਯਾਰ ਇੱਦਾਂ ਤਾਂ ਕੀ ਕੀਤਾ ਜਾਏ ਵੀ ਲੋਕ ਕੁਛ ਤਾਂ ਐਕਸਾਈਟ ਹੋ ਕੇ ਦੇਖਣ ਨਾ, ਉਹਨੂੰ ਸੁਣਨ। ਮਤਲਬ ਅੱਜ ਕੱਲ੍ਹ ਤਾਂ ਦੇਖਣ ਦਾ ਟ੍ਰੈਂਡ ਹੋ ਗਿਆ ਹੁਣ। ਅਤੇ ਜੋ ਕੰਪਨੀ ਦੇ ਓਨਰ ਸੀਗੇ ਉਹਨਾਂ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਜੀ ਜੋ ਦੂਜਾ ਵੀਡੀਓ ਕਰਨਾ ਉਹਦੇ 'ਚ ਮੈਂ ਆਪ ਫੀਚਰ ਕਰੂੰਗਾ ਨਾਲ। ਅੱਛਾ, ਉਹ ਬਹੁਤ ਸਪੋਰਟਿਵ ਸੀ, ਉਹਨਾਂ ਨੇ ਕਿਹਾ ਹਾਂ ਯਾਰ ਕਰ ਤੂੰ। ਤਾਂ ਮੈਂ ਗਾਣਾ ਕੀਤਾ ਸੀ ਪੌੜੀ ਛੜਿਆਂ ਦੀ, ਸੈਂਡਲ ਪਾਪਾ ਚੜ੍ਹਦੀ, ਜੈਸਲਮੇਰ 'ਚ ਸ਼ੂਟ ਕੀਤਾ ਸੀ ਰਿੰਪੀ ਪ੍ਰਿੰਸ ਨੇ। ਉਹ ਪੰਜਾਬ 'ਚ ਪਹਿਲਾ ਕੋਈ 뮤직 ਪ੍ਰੋਡਿਊਸਰ ਹੋਏਗਾ ਜਿਹਨੇ ਗਾਣੇ 'ਚ ਫੀਚਰ ਕੀਤਾ ਸੀ। ਓਕੇ, ਅਤੇ ਉਹ ਗਾਣਾ ਫਿਰ ਬਹੁਤ ਹਿੱਟ ਹੋਇਆ ਸੀ, ਗਾਣਾ ਬਹੁਤ ਚੱਲਿਆ ਸੀ, ਅਤੇ ਉਹ ਫਿਰ ਮੁੜ ਕੇ ਟ੍ਰੈਂਡ ਹੀ ਸ਼ੁਰੂ ਹੋ ਗਿਆ। ਮੈਂ ਤਾਂ ਇਨਫੈਕਟ ਹੁਣ ਵੀ, ਹਾਂਜੀ ਬਹੁਤ ਪਸੰਦ ਵੀ ਚੰਗਾ ਲੱਗਦਾ ਸਕਰੀਨ ਤੇ ਆਉਂਦਾ, ਤੈਨੂੰ ਬੜੀ ਵਾਰ ਦੇਖਿਆ ਸੀ ਅਸੀਂ ਕੈਮਰੇ 'ਚ ਆ ਕੇ ਪੂਰੇ ਐਕਸਪ੍ਰੈਸ਼ਨ ਦਿੰਦੇ ਬੜੇ ਅੱਛੇ। ਹੁਣ ਠੀਕ ਹੈ, ਮਾੜਾ ਮੋਟਾ ਕਰ ਲਈਦਾ ਅਕੋਰਡਿੰਗ ਟੂ ਟ੍ਰੈਂਡ। ਇਹ ਸਾਡੀ ਉਹ ਗੱਲ ਤਾਂ ਰਹਿ ਗਈ ਫਿਲਮਾਂ ਵਾਲੀ, ਫਿਲਮਾਂ ਵਾਲੀ ਮੈਂ ਜੀ ਫਿਲਮਾਂ ਦਾ ਤਾਂ ਹੁਣ ਕੀ ਦੱਸਾਂ ਵੀ ਦੇਖ ਲਓ, ਕਿਸੇ ਸਾਈਨ ਕਰਨਾ ਕਰ ਲਓ, ਕੱਲ੍ਹ ਨੂੰ ਮੁੰਡਾ ਹੱਥੋਂ ਨਿਕਲ ਗਿਆ ਫਿਰ ਨਾ ਕਿਹੋ। ਠੀਕ ਹੈ, ਅਸੀਂ ਇਸ ਗੱਲ ਨੂੰ ਧਿਆਨ 'ਚ ਰੱਖਦੇ। ਹਾਂਜੀ, ਨਹੀਂ ਕਦੇ ਫਿਲਮ ਦੀ ਆਫਰ ਆਈ? ਆਈ ਹੈ ਜੀ, ਮੈਨੂੰ ਇੱਕ ਆਫਰ ਆਈ ਸੀ ਇੱਕ ਫਿਲਮ ਦੀ, 1.5-2 ਸਾਲ ਪਹਿਲਾਂ। ਉਦੋਂ ਮੇਰਾ ਵੇਟ ਵੀ ਬਹੁਤ ਜ਼ਿਆਦਾ ਸੀ, ਜਦੋਂ ਬਹੁਤ ਕੋਈ ਮਿਊਜ਼ੀਕਲ ਸਬਜੈਕਟ ਸੀ ਫਿਲਮ ਦਾ, ਬਟ ਆਈ ਵਾਜ਼ ਨੋਟ ਕਨਵਿੰਸਡ ਬਿਕੋਜ਼ ਆਫ ਮਾਈ ਵੇਟ, ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਉਹ ਅੱਛਾ, ਜੋ ਉਹਨਾਂ ਦੀ ਸਟੋਰੀ ਸੀ ਜਾਂ ਜੋ ਵੀ ਕੁਛ ਉਹਨਾਂ ਦਾ ਸੀ, ਉਹ ਉਹਨਾਂ ਨੂੰ ਚਾਹੀਦਾ ਹੀ ਉੱਦਾਂ ਦਾ ਕਰੈਕਟਰ ਸੀਗਾ, ਮਿਊਜ਼ੀਕਲ ਫਿਲਮ ਸੀ ਸਾਰੀ। ਬਟ ਸਮ ਹਾਓ ਮੈਂ ਕਨਵਿੰਸ ਨਹੀਂ ਹੋਇਆ, ਕਿਉਂਕਿ ਮੇਰਾ ਵੇਟ ਜ਼ਿਆਦਾ ਸੀ, ਮੈਨੂੰ ਆਪ ਨੂੰ ਔਕਵਰਡ ਜਿਹਾ ਲੱਗਦਾ ਸੀ ਕਿ ਪਰ ਹੁਣ ਤੁਸੀਂ ਉਸ ਰਸਤੇ ਤੇ ਆ ਗਏ ਹੋ। ਹਾਂਜੀ, ਫਿਊਚਰ ਫਿਊਚਰ 'ਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਤੁਹਾਡੇ ਸੰਗੀਤ ਦੇ ਨਾਲ ਨਾਲ ਤੁਹਾਨੂੰ ਐਕਟਿੰਗ ਕਰਦੇ ਹੋਏ ਵੀ ਅਸੀਂ ਦੇਖ ਸਕੀਏ। ਦੇਖੋ ਜੀ, ਉਹਦੇ ਲਈ ਤੁਹਾਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ। ਜੇ ਕਿਸੇ ਡਾਇਰੈਕਟਰ ਨੂੰ ਮੇਰੇ ਵਰਗਾ ਟੈਲੈਂਟਡ ਬੰਦਾ ਚਾਹੀਦਾ ਤਾਂ ਮੈਂ ਕੀ ਕਰ ਸਕਦਾ? ਹਾਂਜੀ, ਤੁਹਾਨੂੰ 뮤직 ਡਾਇਰੈਕਟਰ ਵੀ ਮਿਲੇਗਾ ਔਰ ਵਧੀਆ ਜਿਹਾ ਡਿੰਪਲਸ ਵਾਲਾ ਪੈਕੇਜ ਦੀ ਡਿੰਪਲ ਵਾਲਾ ਤੁਹਾਨੂੰ ਐਕਟਰ ਵੀ ਮਿਲੇਗਾ ਔਰ ਮਾਸ਼ਾਅੱਲਾ ਐਕਟਿੰਗ ਤਾਂ ਬੜੀ ਅੱਛੀ ਹੈ ਇਹਨਾਂ ਦੀ, ਅਤੇ ਅਸੀਂ ਉਹਦੇ ਲਈ ਔਰ ਤੁਹਾਡੇ 뮤직 ਲਈ, ਤੁਹਾਡੀ ਸਿਹਤਯਾਬੀ ਲਈ ਔਰ ਸਾਰੀਆਂ ਕੋਸ਼ਿਸ਼ਾਂ ਲਈ ਵਿਸ਼ਿਸ਼ ਦਿੰਦੇ ਹਾਂ। ਥੈਂਕ ਯੂ, ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਹੋਰ ਵੱਡੀ ਕਾਮਯਾਬੀ ਹਾਸਲ ਕਰੋ ਔਰ ਪੰਜਾਬੀਅਤ ਦਾ ਨਾਮ ਹੋਰ ਰੋਸ਼ਨ ਕਰੋ। ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।